ਇਹ ਲੱਕੀ ਬੇਸਿਕਲੀ ਇਹ ਪਰਿਵਾਰ ਬਿਹਾਰ ਨੂੰ ਬਿਲੋਂਗ ਕਰਦੇ ਨੇ ਪ੍ਰਵਾਸੀ ਨੇ ਇਹ ਇੱਥੇ ਰਹਿ ਰਹੇ ਸੀਗੇ ਕਿਰਾਏ ਦੇ ਉੱਤੇ ਸ਼ਿਮਲਾ ਪੁਲੀ ਦੇ ਵਿੱਚ ਲੇਬਰ ਦਾ ਕੰਮ ਕਰਨ ਬੜੀ ਫੈਮਿਲੀ ਹੈ ਲੜਕੀ ਦਾ ਫਾਦਰ ਹੈ ਜਿਹੜਾ ਉਹ ਬਿਹਾਰ ਦੇ ਵਿੱਚ ਹੀ ਰਹਿੰਦਾ ਹੈ ਮਦਰ ਸੀ ਅਤੇ ਤਿੰਨ ਇਹਦੇ ਬ੍ਰਦਰ ਸੀ ਅਤੇ ਇਹਦੇ ਬ੍ਰਦਰ ਹੀ ਇਹਦੇ ਨਾਲ ਇਹ ਕੰਮ ਕਰਦੇ ਨੇ ਤਕਰੀਬਨ ਸਾਲ ਤੋਂ ਇਹ ਕੱਲ ਲੜਕੀ ਸਕੂਲ ਗਈ ਜਦੋਂ ਸਕੂਲ ਦੇ ਵਿੱਚ ਉਸਨੇ ਆਪਣੀ ਮੈਡਮ ਨੂੰ ਡਰਦੇ ਹੋਏ ਦੱਸਿਆ ਇਹ ਗੱਲ ਉਹ ਉਸਨੇ ਫਿਰ ਸਾਡੇ ਨਾਲ ਸ਼ੇਅਰ ਕੀਤੀ ਸਾਡੇ ਕੋਲ ਗੱਲ ਪਹੁੰਚੀ ਤਾਂ ਉਸ ਤੋਂ ਬਾਅਦ ਵਿੱਚ ਸਾਨੂੰ ਪਤਾ ਸੋਲ੍ਹਾਂ ਸਾਲ ਗ੍ਰਿਫਤਾਰੀ ਨਹੀਂ ਐਫ ਆਈ ਆਰ ਲਾ ਦੀ ਚੁੱਕੀ ਜਲਦੀ ਹੋ ਜਾਏ ਦੋ ਚਾਰ ਦਿਨ ਦੇ ਵਿੱਚ ਇਸ ਕ੍ਰਾਈਮ ਦਾ ਕੇਸ ਹੈ ਬੜੀ ਜਲਦੀ ਰੈਸਟ ਕਰ ਲਓ।